ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਖਰੀਆਂ 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 ਵਿੱਚ ਅੱਜ ਆਪਾਂ ਗੱਲ ਕਰਾਂਗੇ ਔਰਤ ਦੇ ਮਾਨ ਸਨਮਾਨ ਦੀ। ਸੋ ਦੋਸਤੋ, ਤੁਸੀਂ ਦੇਖਦੇ ਹੋ ਕਿ ਗੱਲਾਂ ਕਹਿਣ ਅਤੇ ਕਰਨ ਵਿੱਚ ਤਾਂ ਔਰਤਾਂ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ, ਪਰ ਕਈ ਅਜਿਹੇ ਲੋਕ ਨੇ ਜੋ ਔਰਤਾਂ ਨੂੰ ਅੱਜ ਵੀ ਪੈਰ ਦੀ ਜੁੱਤੀ ਸਮਝਦੇ ਨੇ। ਪਰ ਇਹ ਵੀਡੀਓ ਨੂੰ ਜਦੋਂ ਤੁਸੀਂ ਦੇਖੋਗੇ ਤਾਂ ਹਰ ਇੱਕ ਉਸ ਇਨਸਾਨ ਦੇ ਲਈ ਚਪੇੜ ਹੈ ਜੋ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਦੇ ਨੇ। ਵੂਮੈਨ ਡੇ ਦੇ ਉੱਪਰ ਵੀ ਔਰਤਾਂ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ, ਜੋ ਦੇਸ਼ ਲਈ ਕੁਝ ਵੱਖਰਾ ਕਰ ਰਹੀਆਂ ਨੇ ਅਤੇ ਵੱਖਰਾ ਕਰਨ ਦੀ ਹਿੰਮਤ ਰੱਖਦੀਆਂ ਨੇ। ਜਿਸ ਔਰਤ ਦੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ, ਉਹ ਵੀ ਇੱਕ ਪੰਜਾਬ ਦੀ ਰਹਿਣ ਵਾਲੀ ਔਰਤ ਹੈ ਜੋ ਪਿਛਲੇ 1 ਸਾਲ ਤੋਂ ਆਪਣੇ ਪਤੀ ਅਤੇ ਆਪਣੇ ਬੱਚਿਆਂ ਨੂੰ ਪਾਲ ਰਹੀ ਹੈ, ਜਦਕਿ ਉਸਦਾ ਪਤੀ ਬਿਮਾਰ ਹੈ, ਉਸਦਾ ਇਲਾਜ ਕਰਵਾ ਰਹੀ ਹੈ। ਦੋਸਤੋ, ਪਹਿਲਾਂ ਦੇਖਦੇ ਹਾਂ ਆਪਾਂ ਇਹ ਵੀਡੀਓ। 3 ਬੇਟੀਆਂ ਨੇ ਜੀ, ਅਤੇ ਮੇਰੇ ਹਸਬੈਂਡ ਜ਼ਿਆਦਾ ਲੰਬੇ ਸਮੇਂ ਤੋਂ ਬਿਮਾਰ ਨੇ, ਇਸ ਕਰਕੇ ਮੈਂ ਉਹਨਾਂ ਦੀ ਦੇਖਭਾਲ ਲਈ ਅਤੇ ਆਪਣੇ ਘਰ ਦੇ ਪਰਿਵਾਰ ਦੇ ਪਾਲਣ ਪੋਸ਼ਣ ਵਾਸਤੇ ਮੈਂ ਆਟੋ ਚਲਾ ਰਹੀ ਹਾਂ। 250 ਰੁਪਇਆ ਹੁੰਦੀ ਹੈ। ਹਾਂਜੀ, ਬਹੁਤ ਮੁਸ਼ਕਿਲ ਆਉਂਦੀਆਂ ਜਾਨੀ, 250 ਰੁਪਏ 'ਚ ਕੁਛ ਨਹੀਂ ਬਣਦਾ ਜੀ, ਕਿਉਂਕਿ ਮੈਂ ਉਹਨਾਂ ਦੇ ਹਸਬੈਂਡ ਦੀ ਮੈਡੀਸਨ ਵੀ ਲੈਣੀ ਹੁੰਦੀ ਆ, ਘਰ ਦਾ ਖਰਚਾ ਵੀ ਚਲਾਉਣਾ, ਬੱਚਿਆਂ ਦੀ ਪੜ੍ਹਾਈ ਵਾਸਤੇ ਵੀ ਕੁਛ ਨਹੀਂ ਬਣਦਾ ਜੀ ਮੇਰਾ। ਮੈਂ ਸਾਰਾ ਦਿਨ ਕੰਮ ਕਰਦੀ ਹਾਂ, ਪਰ ਇੰਨਾ ਕੁਛ ਜ਼ਿਆਦਾ ਨਹੀਂ ਬਣਦਾ ਮੇਰੇ ਤੋਂ। ਮੈਂ ਮੇਰੀ 10ਵੀਂ ਪਾਸ ਆ ਜੀ, ਅਤੇ ਆਰਕੀਟੈਕਚਰ ਦਾ ਡਿਪਲੋਮਾ ਕੀਤਾ ਹੋਇਆ 2 ਸਾਲ ਦਾ ਜੀ। ਆਟੋ ਲੇਡੀਜ਼ ਤਾਂ ਕੋਈ ਨਹੀਂ ਚਲਾਉਂਦੇ ਸਰ, ਲੇਡੀਜ਼ ਤਾਂ ਮੈਂ ਇਕੱਲੀ ਹੋਈ ਹਾਂ, ਬਾਕੀ ਆਟੋ ਹੈਗੇ 7-8 ਸੌ ਆਟੋ, ਉਹ ਜੈਂਟਸ ਹੀ ਚਲਾਉਂਦੇ ਨੇ। ਨਹੀਂ ਸਰ, ਮੈਨੂੰ ਕੋਈ ਕਮੈਂਟ ਨਹੀਂ ਗਲਤ ਕਰਦਾ ਜੀ, ਸਭ ਦਾ ਸਹਿਯੋਗ ਮਿਲਦਾ ਵਾ, ਅਤੇ ਪਰ ਗਲਤ ਕਮੈਂਟ ਕਿਸੇ ਨੇ ਨਹੀਂ ਅੱਜ ਤੱਕ ਕੀਤਾ ਜੀ। ਹਾਂਜੀ, ਮੇਰੇ ਹਸਬੈਂਡ ਬਿਮਾਰ ਰਹਿੰਦੇ ਨੇ ਜੀ, ਬੱਚੇ ਮੇਰੀ ਵੱਡੀ ਬੇਟੀ +2 ਦੇ ਪੇਪਰ ਦੇ ਰਹੀ ਹੈ ਜੀ, ਕਮਰਸ ਰੱਖੀ ਹੋਈ ਹੈ ਉਹਦੀ, ਅਤੇ ਛੋਟੀ ਬੇਟੀ ਮੇਰੀ 7ਵੀਂ 'ਚ ਪੜ੍ਹਦੀ ਹੈ, 1 6ਵੀਂ 'ਚ ਪੜ੍ਹਦੀ ਹੈ ਜੀ। 250 ਰੁਪਈਆ ਵਾ ਜੀ, ਉਹ ਕੋਈ ਆਮਦਨ ਨਹੀਂ ਮੇਰੇ ਕੋਲ ਜੀ। ਨਹੀਂ ਸਰ, ਕੋਈ ਮਦਦ ਨਹੀਂ ਕਰ ਰਿਹਾ ਪ੍ਰਸ਼ਾਸਨ ਵੱਲੋਂ, ਮੈਂ 1 ਸਾਲ ਹੋ ਗਿਆ ਮਾਰਕੀਟ 'ਚ ਆਟੋ ਚਲਾਉਂਦੀ ਨੂੰ, ਤਕਰੀਬਨ ਡੇਲੀ ਦੇਖਦੇ ਨੇ, ਪਰ ਕੋਈ ਮਦਦ ਕੋਈ ਨਹੀਂ ਕਰ ਰਿਹਾ ਸਰ। ਸਰ ਪਹਿਲਾਂ ਬਿਜਲੀ ਮਾਫ਼ ਸੀਗੀ, ਪਰ ਹੁਣ ਕੋਈ ਨਹੀਂ, ਮੇਰਾ 11,000 ਰੁਪਈਆ ਬਿੱਲ ਆਇਆ ਪਿਆ ਵਾ, 3-4 ਦਿਨ ਹੋ ਗਏ, ਉਸ ਦਿਨ ਬਿਜਲੀ ਕੱਟਣ ਵਾਲੇ ਵੀ ਆਏ ਸੀਗੇ, ਪਰ ਉਹ ਮੈਂ ਮਿਹਨਤ ਕਰ ਲਾ ਕਰਕੇ ਉਹਨਾਂ ਦੀ, ਮੈਂ ਕਿਹਾ ਵੀ ਮੇਰੀ ਬਿਜਲੀ ਨਾ ਕੱਟੋ, ਜੇ ਮੇਰਾ ਆਟੋ ਰੁਕ ਗਿਆ ਤਾਂ ਮੇਰਾ ਖਰਚੇ ਦਾ ਸਾਧਨ ਖਤਮ ਹੋ ਜੂਗਾ। ਤਾਂ ਉਹ ਕਹਿੰਦੇ ਵੀ ਕਿਸ ਨਾ ਕਿਸੇ ਕਰਕੇ ਤੁਸੀਂ 2-4 ਦਿਨਾਂ ਵਿੱਚ 5,000 ਰੁਪਈਆ ਭਰੋ, ਤਾਂ ਤੁਹਾਡੀ ਬਿਜਲੀ ਹੋਊਗੀ, ਨਹੀਂ ਬੰਦ ਕੱਟੀ ਜਾਊਗੀ। ਸਰ ਮੈਂ ਚਾਹੁੰਦੀ ਹਾਂ ਕਿ ਮੇਰੀ ਬੇਟੀਆਂ ਕਰਕੇ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਕਿ ਮੇਰੀਆਂ ਬੇਟੀਆਂ ਵਾਸਤੇ ਕੁਛ ਨਾ ਕੁਛ, ਜਾਂ ਮੈਨੂੰ ਜੋਬ ਮਿਲ ਜੇ, ਜਾਂ ਮੇਰੀ ਬੇਟੀਆਂ ਨੂੰ ਜੋਬ ਮਿਲ ਜੇ, ਤਾਂ ਕਿ ਮੈਨੂੰ ਕੋਈ ਪੱਕੇ ਤੌਰ 'ਤੇ ਵੀ ਕੰਮ ਮਿਲ ਸਕੇ, ਕਿਉਂਕਿ ਮੈਂ ਖੁਦ ਵੀ ਬਿਮਾਰ ਰਹਿੰਦੀ ਹਾਂ, ਪਰ ਖੁਦ ਬਿਮਾਰ ਰਹਿਣ ਤੋਂ ਬਾਵਜੂਦ ਵੀ ਮੈਂ ਆਟੋ ਚਲਾਉਂਦੀ ਹਾਂ। ਆਟੋ ਸੇ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਜੀ, ਬਦਲੇ 'ਚ ਹਿੰਮਤ ਹੋਣੀ ਚਾਹੀਦੀ ਆ। ਜਿਸ ਤਰ੍ਹਾਂ ਮੈਂ ਆਟੋ ਚਲਾਉਂਦੀ ਹਾਂ, ਇਸ ਤਰ੍ਹਾਂ ਸਾਰੀਆਂ ਭੈਣਾਂ ਨੂੰ ਬੇਨਤੀ ਕਰਦੀ ਹਾਂ ਕਿ ਸਭ ਤੋਂ ਜ਼ਿਆਦਾ ਸਹਿਯੋਗ ਮੇਰਾ ਵੀ ਦਿਓ, ਨਾਲੇ ਆਪਣਾ ਕੰਮ ਚਲਾਓ ਜੀ। ਮੇਰੇ ਮੰਮਾ ਆਟੋ ਚਲਾਉਂਦੇ ਨੇ, ਸਾਡਾ ਸਾਰਾ ਕੁਝ ਕਰਦੇ ਨੇ, ਮੇਰੇ ਮੰਮਾ ਸਾਡੀ ਫੀਸ ਵੀ ਭਰਦੇ ਨੇ, ਪਾਪਾ ਬਿਮਾਰ ਰਹਿੰਦੇ ਨੇ ਅਤੇ ਉਹਨਾਂ ਦੀ ਦਵਾਈ ਦਾ ਖਰਚਾ ਸਾਰਾ ਸਾਡੇ ਮੰਮਾ ਦੇ ਸਿਰ 'ਤੇ ਹੀ ਹੈ। ਨਹੀਂ ਜੀ, ਸਾਡੇ ਬਸ ਕੱਲੇ ਬਣੇ ਹੋਏ ਨੇ, ਪਾਈਪਾਂ ਵਗੈਰਾ ਕੁਝ ਵੀ ਨਹੀਂ ਪਾਇਆ ਹੋਇਆ ਸਾਡੇ, ਅਸੀਂ ਹੈ ਨਾ ਕਿਰਾਏ 'ਤੇ ਕਮਰਾ ਲਏ ਹੋਏ, ਤਾਂ ਅਸੀਂ ਉੱਥੇ ਜਾਂਦੇ ਹਾਂ ਜੀ। ਹਾਂਜੀ, ਅਸੀਂ ਉੱਧਰ ਜਾਂਦੇ, ਅਸੀਂ ਕੰਨਿਆ ਸਕੂਲ 'ਚ ਪੜ੍ਹਦੇ ਹਾਂਗੇ ਜੀ, ਅਤੇ ਜੀ ਸਾਡਾ ਕਮਰਾ ਲਿਆ ਹੋਇਆ, ਤੁਸੀਂ ਉੱਥੇ ਜਾਂਦੇ ਹੁੰਦੇ ਜੀ, ਤਿੰਨੇ ਜਾਣੀਆਂ। ਮੰਮਾ ਜੀ ਸੁਬਹਾ 5 ਵਜੇ ਉੱਠਦੇ ਨੇ, ਪਹਿਲਾਂ ਸਾਰਾ ਘਰ ਦਾ ਕੰਮ ਕਰਦੇ ਨੇ, ਫਿਰ ਹੈ ਨਾ ਸਕੂਲ ਵਾਲੇ ਬੱਚੇ ਲਗਾਏ ਹੋਏ ਨੇ, ਉਹਨਾਂ ਨੂੰ ਛੱਡ ਕੇ ਆਉਂਦੇ ਨੇ, ਫਿਰ ਰੋਟੀ ਬਣਾਉਂਦੇ ਨੇ, ਫਿਰ ਮੰਮਾ ਫਿਰ ਕੰਮ 'ਤੇ ਜਾਂਦੇ ਨੇ ਜੀ, ਫਿਰ ਰਾਤ ਨੂੰ ਆਉਂਦੇ ਨੇ ਜੀ 7 ਵਜੇ। ਸਾਨੂੰ ਆਈਆਂ ਜੀ, ਫਿਰ ਸਾਡੀ ਹੈਲਪ ਕਰਦੇ ਨੇ ਸਰਕਾਰ ਜੀ, ਅਤੇ ਜੀ ਅਸੀਂ ਕਹਿੰਦੇ ਵੀ ਅਸੀਂ ਵਧੀਆ ਪੜ੍ਹ ਲਈ ਕਿ ਆਪਣੇ ਪੈਰਾਂ ਸਿਰ ਖੜ੍ਹੇ ਹੋ ਜਾਈਏ। ਅਤੇ ਜੀ ਮੈਂ ਆਈਲੈਟਸ ਕਰਨਾ ਚਾਹੁੰਦੀ ਹਾਂ ਜੀ, ਅਤੇ ਪਰ ਹੈ ਨਾ ਪਰ ਅਸੀਂ ਕਰ ਨਹੀਂ ਸਕਦੇ ਹੈਗੇ, ਸਾਡੇ ਘਰ ਦਾ ਤੁਸੀਂ ਹਾਲ ਦੇਖ ਹੀ ਸਕਦੇ ਹੋ। ਸੋਚਣਾ ਚਾਹੀਦਾ ਹੈ ਕਿ ਮਤਲਬ ਉਹ ਬੱਚੇ ਹੈ ਅਤੇ ਸਾਰਾ ਕੁਛ ਹੈਗਾ, ਬਾਕੀ ਆਹ ਕਿਸ਼ਤਾਂ 'ਤੇ ਲਈ ਹੈ ਇਹਨੇ, ਮਤਲਬ ਆਪਦੀ ਗੱਡੀ ਜਿਹੜੀ ਹੈ, ਅਤੇ ਇਹ ਚਾਹੀਦਾ ਗੌਰਮੈਂਟ ਨੂੰ, ਜਿਹੜਾ ਸਬਸਿਡੀ ਦਾ ਇੱਕ ਚੱਲਿਆ ਨਾ ਰਸਤਾ, ਇੱਕ ਉਹ ਇਹਦਾ ਪਾਸ ਕਰਾ ਕੇ ਇਹਨੂੰ ਵਿਚਾਰੀ ਨੂੰ ਸਬਸਿਡੀ 'ਤੇ ਮਿਲ ਜਾਣਾ ਚਾਹੀਦਾ, ਤਾਂ ਕਿ ਕੁਛ ਨਾ ਕੁਛ ਇਹਦੀ ਮਦਦ ਹੋ ਜੂ, ਬੱਚਿਆਂ ਦੀ ਮਦਦ ਹੋ ਜੂਗੀ।
ਮਜਬੂਰੀ ਆ, ਹੋਣਾ ਚਾਹੀਦਾ, ਕਰਨਾ ਚਾਹੀਦਾ, ਕਿਉਂਕਿ ਹਿੰਮਤ ਹਾਰ ਕੇ ਬੈਠਣ ਨਾਲ ਘਰ ਤਾਂ ਗੱਲ ਨਹੀਂ ਬਣਦੀ, ਕੁਛ ਨਾ ਕੁਛ ਤਾਂ ਆਪਾਂ ਕਰਾਂਗੇ, ਫੇਰ ਹੀ ਆਊਗਾ ਨਾ ਆਪਣੇ ਕੋਲ। ਹੁਣ ਇਹਦਾ ਮਤਲਬ ਇੱਕ ਮਤਲਬ ਦੁੱਖ ਦੀ ਗੱਲ ਹੈ ਵੀ ਘਰ ਵਾਲਾ ਵਿਚਾਰੀ ਦਾ ਮਤਲਬ ਬਿਮਾਰ ਹੈ ਅਤੇ ਬੱਚੀਆਂ ਮਤਲਬ ਹੈਗੀਆਂ ਤਿੰਨ, ਮਤਲਬ ਪੜ੍ਹਦੀਆਂ ਨੇ, ਇਸ ਕਰਕੇ ਉਹਨਾਂ ਵਾਸਤੇ ਮਤਲਬ ਇਹਦੇ ਗੁਜ਼ਾਰੇ ਵਾਸਤੇ ਤਾਂ ਇਹਨੂੰ ਇਹਨੇ ਆਪ ਦੀ ਮਤਲਬ ਹਿੰਮਤ ਵਰਤੀ ਆ, ਕਰ ਰਹੀ ਆ, ਮਿਹਨਤ ਕਰ ਰਹੀ ਆ। ਇਹੋ ਜਿਹੇ ਮਿਹਨਤੀ ਮਤਲਬ ਕਿਸੇ ਵੀ ਮਤਲਬ ਕੁੜੀ ਦਾ ਜਾਂ ਜੈਂਟਸ ਵੀ ਆ ਕੋਈ ਵੀ ਆ, ਉਹਦੀ ਮਦਦ ਕਰਨਾ ਗੌਰਮੈਂਟ ਦਾ ਫਰਜ਼ ਹੈ। ਬਹੁਤ ਵਧੀਆ ਲੱਗ ਰਿਹਾ ਕਿਉਂਕਿ ਰੋਜ਼ੀ ਰੋਟੀ ਆ ਕਿਸੇ ਦੀ, ਚਾਹੇ ਘਰੇ ਕੰਮ ਕਰ ਲਓ ਚਾਹੇ ਬਾਹਰ ਕਰ ਲਓ, ਇਹ ਇੱਕ ਦਫਾ ਦੁਨੀਆ ਤਾਂ ਮਤਲਬ ਫੇਸ ਮਾਰਦੀ ਹੈ, ਚਾਹੇ ਕੁਛ ਵੀ ਕਹੇ ਚਾਹੇ ਨਾ ਕਰੇ, ਪਰ ਆਪਦਾ ਇਹ ਰੋਜ਼ੀ ਰੋਟੀ ਕਮਾ ਰਹੀ ਹੈ, ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਹੈ। ਅੱਜ ਕੱਲ੍ਹ ਤੁਹਾਨੂੰ ਪਤਾ ਵੀ ਫੀਸਾਂ ਬਹੁਤ ਨੇ, ਹਾਂਜੀ ਮਹਿੰਗਾਈ ਬਹੁਤ ਹੈ, ਇਸ ਕਰਕੇ ਅਸੀਂ ਤਾਂ ਹੁਣ ਜਿਹੜੇ ਆਏ ਹਾਂ ਅਤੇ ਇਹਨਾਂ ਦਾ ਚਲੋ ਕੋਲ ਸਾਡੇ ਕੋਲ ਆ ਗਏ ਤਾਂ ਅਸੀਂ ਬੈਠ ਗਏ ਹਾਂ, ਅਤੇ ਬਹੁਤ ਵਧੀਆ ਚੀਜ਼ ਹੈ। ਅਤੇ ਬਸ ਇੰਨੀ ਦੇਖੋ ਮੇਰੀ ਗੱਲ ਸੁਣੋ, ਬੰਬਈ ਪੁਣੇ ਦੇ ਵਿੱਚ ਲੜਕੀਆਂ ਡਰਾਈਵਿੰਗ ਕਰਦੀਆਂ ਨੇ, ਟੈਕਸੀ ਵੀ ਚਲਾਉਂਦੀਆਂ ਨੇ, ਫਿਰ ਡਬਲ ਸੀਟ ਬੱਸਾਂ ਵੀ ਚੱਲਦੀਆਂ ਨੇ ਉੱਥੇ, ਅਸੀਂ ਉੱਥੇ ਵੀ ਜਾਂਦੇ ਹੁੰਦੇ ਰਹਿੰਦੇ ਹਾਂ, ਮੈਂ ਮੀਟਿੰਗ ਮੈਨ ਹਾਂ, ਅਤੇ ਉੱਥੇ ਉਹ ਮਾਹੌਲ ਨੂੰ ਦੇਖ ਕੇ ਤਾਂ ਹੋਰ ਵੀ ਵਧੀਆ ਲੱਗਦਾ ਵੀ ਚਲੋ ਆਪਣੇ ਏਰੀਏ 'ਚ ਤਾਂ ਹੈਗਾ ਨਾ, ਉਹਨਾਂ ਤੋਂ ਬਾਹਰ ਵੀ ਜਾਣਾ, ਅਤੇ ਇਸ ਕਰਕੇ ਵੀ ਔਰਤ ਨੂੰ ਮਤਲਬ ਮਾੜਾ ਮੋਟਾ ਇਹ ਨਹੀਂ ਹੋਣਾ ਚਾਹੀਦਾ। ਵੀਡੀਓ ਦੇਖ ਕੇ ਤੁਹਾਨੂੰ ਵੀ ਪਤਾ ਤਾਂ ਲੱਗ ਹੀ ਗਿਆ ਹੋਵੇਗਾ ਕਿ ਇਸ ਔਰਤ ਵਿੱਚ ਕਿੰਨੀ ਹਿੰਮਤ ਹੈ ਅਤੇ ਕਿੰਨੀ ਹਿੰਮਤ ਦੇ ਨਾਲ ਇੱਕ ਸਾਲ ਤੋਂ ਆਪਣੇ ਪਤੀ ਦਾ ਇਹ ਇਲਾਜ ਕਰਵਾ ਰਹੀ ਹੈ, ਜਦਕਿ ਇਸ ਦੀਆਂ ਬੇਟੀਆਂ ਵੀ ਪੜ੍ਹਨਾ ਚਾਹੁੰਦੀਆਂ ਨੇ ਪਰ ਉਹ ਖਰਚੇ ਕਰਕੇ ਅਸਮਰੱਥ ਨੇ। ਲੋੜ ਹੈ ਸਰਕਾਰਾਂ ਨੂੰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਜਿਹੀਆਂ ਔਰਤਾਂ ਦੀ ਮਦਦ ਕਰਨ ਵਾਸਤੇ ਅੱਗੇ ਆਉਣ ਦੀ, ਤਾਂ ਜੋ ਕਿ ਅਜਿਹੀਆਂ ਔਰਤਾਂ ਹਿੰਮਤ ਨਾ ਹਾਰਨ ਅਤੇ ਗਲਤ ਰਸਤੇ ਜਾਣ ਦੀ ਬਜਾਏ ਸਹੀ ਰਸਤੇ ਤੇ ਜਾਣ। ਹੁਣ ਗੋਡੇ ਬਦਲਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਹੁਣ ਗੋਡਿਆਂ ਦੇ ਇਲਾਜ ਦਾ ਸਫਲ ਆਯੁਰਵੈਦਿਕ ਇਲਾਜ ਆ ਗਿਆ ਹੈ, ਫੀ ਰਿਲੀਫ ਆਇਲ। ਇਸ ਤੋਂ ਇਲਾਵਾ 125 ਬਿਮਾਰੀਆਂ ਦਾ ਸਫਲ ਇਲਾਜ, ਹੁਣ 2 ਲੱਖ ਰੁਪਏ ਵਾਲਾ ਇਲਾਜ ਸਿਰਫ 1313 ਰੁਪਏ ਵਿੱਚ।